फर्स्ट मैच की तैयारी है बड़ी दुनिया ने कबड्डी खेडी बड़े लंबे समय तो यह गेम चल रही है। इनाम लाख रुपया 20 साल रहा कबड्डी करने लिए अपराले किए, उन्हें मेजर लीग बनाई, उन्हें अंडर 21 के खिलाड़ियों जिन्होंने बड़े थावान से कोई खेडन का मौका नहीं मिलता सीगा, उन्होंने खिलाड़ियों प्लेटफॉर्म दिता भी इतने खेल सकन। उन्होंने अपने सारे साथियों को नाल इकट्ठे किया, अंडर 20 बंदियां टीमां इधर भाजी होनी अच्छे तैयार हो जाएंगे तैयार अज ठीक है। ये भाजी दो दिन जिदा मैच हो गया इन्हों तीन मैच पहला तैयार करना पैंदा। हाँ ਜਿਹੜਾ ਖੜਾ ਬੈਠਾ ਸੁਖਦੀਪ ਟੱਲੇਵਾਲ ਕਾਲਾ ਦੌਰ ਪਹਿਲਾ ਹਰੀ ਗਿੱਲ ਪਾਲਾ ਯੂਐਸਏ ਕੋਗੀ ਸਦੋਕ ਯੂਐਸਏ ਪਰਗਟ ਸਦਰਾ ਅਤੇ ਗੁਰਦੇਵ ਸਦਰਾ ਲੋਬਲ ਯੂਐਸਏ ਸੁਖਪ੍ਰਾਪ ਪੱਤੋ पक्का पक्का यार तो ठीक है जी आ गए जी आ गए। अपने कोच साहब का सुगल भी हम जिदा ना कोच साहब रूल नवे लैके आए आ मैंने कोच आ अपनी टीम के नवे कोच आ भाजी होनी यही टीम चलाते बच्च सारी टीम यही चलाते भाजी ਕਿ ਲੈ ਕੇ ਮੇਰੇ ਭਾਈ ਦਾ ਮੈਂ ਤਾਂ ਲੈ ਹੁਣ
ਵਧੀਆ ਜਿਹਾ ਤਿਆਰ ਕੀਤਾ ਨੰਗ ਲੰਬੀਆਂ ਬਲਵਾਨ ਇਹ ਸੱਟ ਕਰੋ ਬਾਕੀ ਸੀਗਾ ਜੋਰ ਲੱਗਾ ਬੜਾ ਟਿੱਬਾ ਵਾਹ ਅੱਜ ਦੋ ਦੋ ਪਈਆਂ ਬੰਦੇ ਵਿੱਚ ਟਿੱਬਾ ਵਾਹ ਜੀ ਇਹਨਾਂ ਦਾ ਪ੍ਰਭਾਵ ਤੇ ਕੌਣ ਹੋ ਗੁੱਸਾ ਜਿਹਾ ਲਵਾ ਦਿੰਦਾ ਬਹੁਤ ਕਿਉਂਕਿ ਇੱਕ ਭਗਤੀ ਆ ਕਬੱਡੀ ਟੀਮ ਨੇ ਸੁਹਾਣੇ ਕਰਨੀ ਇੱਕ ਭਗਤੀ ਆ ਇੱਥੇ ਤੱਕ ਬੰਦਾ ਪਹੁੰਚਦਾ ਵਾ ਇੰਨੀ ਮਿਹਨਤ ਕਰਦਾ ਵਾ ਪਰਿਵਾਰ ਵੀ ਜਿਹੜੇ ਨਾਲ ਜੁੜੇ ਹੁੰਦੇ ਸਾਰਾ ਕੁਛ ਆ ਪਰ ਜੋ ਇਹ ਕਬੱਡੀ ਵਿੱਚ ਹੋਇਆ ਵਾ ਬਹੁਤ ਮਹੱਤਵਪੂਰਨ ਘਟਨਾ ਉਹਦੀ ਮਨੁੱਖੀ ਦਾ ਹੋਇਆ ਪਤਾ ਕਿਉਂਕਿ ਇਹ ਸਾਡੀ ਪੰਜਾਬ ਗੌਰਮੈਂਟ ਨੂੰ ਦੇਖਣਾ ਜਿਹੜਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਇੱਦਾਂ ਇਹੋ ਜਿਹੀਆਂ ਵਾਰਦਾਤਾਂ ਨਾ ਵਾਰਦਾਤ ਹੋ ਗਈ ਬਾਅਦ ਚੋਂ ਸਕਿਉਰਿਟੀ ਦੇ ਦਿੱਤੀ ਸ਼ਹਿਰ ਦੇ ਮਤਲਬ ਬੰਦਾ ਜਿਹੜਾ ਵੱਜ ਜਾਂਦਾ ਹੋਰ ਘੁੱਟ ਦੋ ਇਹਨੂੰ ਲੱਭਾ ਕਿੰਨਾ ਜਵਾਨ ਲੱਗਣ ਡਿਆ ਵਿੱਚ ਸਾਰਿਆਂ ਦੇ ਦੇਖੋ ਲੱਭਾ ਕਿੰਨਾ ਜਵਾਨ ਕੁੜਾਨ ਇੱਕ ਗੱਭਰੂ ਜਵਾਨ ਝੋਟਾ ਇੱਕ ਗੱਭਰੂ ਜਵਾਨ ਆ ਗਿਆ ਇਹ ਕੋਈ ਰਣਨੀਤੀ ਕੋਈ ਚਲਾਉਣ ਡਏ ਆ ਗੁਰਦੀਪ ਮਾਧੋਪੁਰੀਆ ਤੇ ਸਨੀ ਕਾਲੇ ਸਿੰਘ ਵਾਲਾ ਦੇ ਦਿਓ ਨਾ ਬਲੌਗ ਚਲੋ ਧੰਨਵਾਦ ਬਲੌਗ ਤੁਹਾਡਾ ਬਣਾ ਲਿਆ ਮੈਂ ਚੱਲ ਵੀ ਗੋਪਿਆ ਹਾਂ ਸ਼ਾਹ ਹੀ ਬੜਾ ਸੈੱਟ ਹੋਇਆ ਵਾ ਚੈਕਿੰਗ ਫੁੱਲ ਚੈਕਿੰਗ ਫੁੱਲ ਕਰੋ ਕਰੋ ਚੈੱਕ ਯਾਰ ਕੋਈ ਗੱਲ ਨੀ ਕਰ ਲੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਗਨ ਰਾਣਾ ਜੀ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿੰਦਰਵੀਰ ਬਰਾੜ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜੋ ਸੰਦੀਪ ਨੰਗਲਾਂ ਦੇ ਕੇਸ ਦੇ ਵਿੱਚੋਂ ਬਹੁਤ ਮਿਹਨਤ ਕਰ ਰਹੇ ਹਨ ਤਾਂ ਜੋ ਸੰਦੀਪ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾ ਸਕੇ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾ ਸਕੇ ਬਹੁਤ ਸਾਰੇ ਦਰਮਿਆਨ ਆਏ ਹੈ ਪਰਿਵਾਰ ਵੱਲੋਂ ਫੈਡਰੇਸ਼ਨ ਵੱਲੋਂ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਧੰਨਵਾਦ ਜੀ ਆ ਨੂੰ ਆਖਿਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਬੜਾ ਤਕੜਾ ਜਿਹੜਾ ਮੈਸੇਜ ਆ ਗਿਆ ਆਪਣੇ ਭਰਾ ਦੀਆਂ ਯਾਦਾਂ ਨੂੰ ਅੱਜ ਤਾਜ਼ਾ ਕੀਤਾ ਜੇ ਗੁਰਜੀਤ ਸੰਧੂ ਚੋਂ ਤੁਹਾਨੂੰ ਸੰਦੀਪ ਸੰਧੂ ਲਿਖਦਾ ਅੱਜ ਦਾ ਕੱਪ ਅੱਜ ਦੇ ਪ੍ਰਬੰਧ ਵਧੀਆ ਲੱਗਿਆ ਕਪਤਾਨੀ ਯੋਦਾ ਮਾਰਦੇ ਹੋ ਬਹੁਤ ਬਹੁਤ ਧੰਨਵਾਦ ਬਾਈ ਗੁਰਜੀਤ ਅੰਗਰੇਜ਼ ਸੰਧੂ ਚਾਚਾ ਜਗੀਰ ਸਿੰਘ ਜੀ ਸਵਰਨ ਸਿੰਘ ਜੀ ਸੰਧੂ ਜਗਸਾਂਝ ਤੇ ਜਸਵੰਤ ਆ ਕੇ ਇਹ ਸਨਮਾਨ ਦੇਣਗੇ ਇਹ ਵੀਰ ਜਿਹੜੇ ਅਗਲੇ ਇਹਨਾਂ ਦੇ ਲਈ ਉਹ ਹਰ ਇੱਕ ਇਨਸਾਨ ਦੇ ਲਈ ਉਹ ਖੜਦਾ ਸੀ ਜਿੱਦਾਂ ਤੇਜੀ ਨੌਜਵਾਨ ਦੀ ਵੀ ਉਹ ਲੱਤ ਕੱਟੀ ਗਈ ਸੀ ਉਹਨੇ ਉਹਦੀ ਕਹਿੰਦਾ ਸੀ ਵੀ ਜਿੰਨਾ ਟਾਈਮ ਸ਼ਾਹਪੁਰ ਦੀ ਟੀਮ ਰਹੂ ਮੈਂ 1,00,000 ਰੁਪਇਆ ਹਰ ਸਾਲ ਤੇਜੀ ਲਈ ਦੇਵਾਂਗਾ ਰਮਨੇ ਰੁੜਕੇ ਵਾਲੇ ਨੇ ਇੰਗਲੈਂਡ ਦੇ ਵਿੱਚ ਸੱਟ ਵੱਜ ਗਈ ਸੀ ਉਹ ਕਹਿੰਦਾ ਸੀ ਵੀ ਜਿੰਨਾ ਟਾਈਮ ਸ਼ਾਹਪੁਰ ਦੀ ਟੀਮ ਮੈਂ 1,00,000 ਰੁਪਇਆ ਦੇਵਾਂਗਾ ਇਹ ਉਹਦੀ ਸੋਚ ਸੀ ਮੇਰੇ ਵੀਰੋ ਸੰਦੀਪ ਦੀ ਅੱਜ ਵੀ ਪਰਿਵਾਰ ਦੀ ਕੋਸ਼ਿਸ਼ ਹੈ ਵੀ ਆਪਾਂ ਉਹਦੀ ਸੋਚ ਨੂੰ ਜਿਹੜਾ ਉਹ ਜਿੰਦਾ ਰੱਖਣਾ ਹੈ ਅੱਜ ਬੌਸ ਖੇਡਣੀਆਂ ਭੂਰਾ ਸੈਂਪਲੀ ਵਾਲਾ ਤੇ ਨਾਲ ਸੁਲਤਾਨ ਸਿੰਘਾਂ ਮੌਤ ਵਾਲਾ ਇਹਨਾਂ ਤਿੰਨਾਂ ਖਿਡਾਰੀਆਂ ਦਾ ਪਰਿਵਾਰ ਦੇ ਵੱਲੋਂ ਜਿਹੜਾ ਮੇਰੇ ਵੀਰੋ ਉਹ ਮਦਦ ਜਿਹੜੀ ਦਿੱਤੀ ਜਾ ਰਹੀ ਹੈ ਰਗੀਤ ਬਾਈ ਉਹਨਾਂ ਨੂੰ ਮੈਂ ਚਾਚਾ ਜਗੀਰ ਸਿੰਘ ਜੀ ਸਵਰਨ ਸਿੰਘ ਜੀ ਸੰਧੂ ਲਵਪ੍ਰੀਤ ਸਾਡਾ ਵੀਰ ਇਹ ਸਨਮਾਨ ਇਹ ਸੁਲਤਾਨ ਹੈ ਜੀ ਅੰਗਰੇਜ਼ ਫੌਜੀ ਵੀ ਆ ਲਓ ਨਾਲ ਇਹ ਭੂਰਾ ਸੈਂਪਲੀ ਵਾਲਾ ਕਿਸਾਨੀ ਸੰਘਰਸ਼ ਦੇ ਵਿੱਚ ਇਸ ਨੌਜਵਾਨ ਦੇ ਮੇਰੇ ਵੀਰੋ ਜਾਂਦਿਆ ਸੱਟ ਲੱਗ ਗਈ ਸੀ ਬਹੁਤ ਖਿਲਣੀਆਂ ਵਾਲਾ ਸੰਦੀਪ ਦੀ ਸੋਚ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਹੁਣ ਮੈਨੂੰ ਕਹਿਣ ਦੀ ਲੋੜ ਨਾ ਪਵੇ ਇਹ ਉਹਦੀ ਸੋਚ ਸੀ ਮੇਰੇ ਵੀਰੋ ਇਹ ਭਲੇ ਕੰਮ ਕਰਨੇ ਜਿਹੜੇ ਖਿਡਾਰੀ ਕਬੱਡੀ ਤੋਂ ਇਹਨਾਂ ਨੂੰ ਮੇਰੇ ਵੀਰੋ ਸੱਟਾਂ ਮਿਲੀ ਉਹਨਾਂ ਲਈ ਖੜਦਾ ਇਹ ਉਹਦੀ ਸੋਚ ਸੀ ਸੰਦੀਪ ਦੀ ਵਿਸ਼ੇਸ਼ ਤੌਰ ਤੇ ਗੁਹਾਰ ਕਹਿੰਦਾ ਵੀ ਅਗਲੇ ਸਾਲ
ਪਿੰਡਾਂ ਦਾ ਬੱਬੂ ਜਿਹੜੀ ਵੀ ਗੱਡੀ ਆਖੇਗਾ ਤੇ ਜਿਹੜੇ ਮੇਲੇ ਤੇ ਆਖੇਗਾ ਨਕੋਦਰ ਦੇ ਖੇਡ ਪ੍ਰਮੋਟਰਾਂ ਵੱਲੋਂ ਵੱਡੀ ਗੱਡੀ ਦਾ ਸਨਮਾਨ ਕੀਤਾ ਜਾਵੇਗਾ। ਇਹ ਕਲੀਅਰ ਕਰਦਾ ਬੰਦਾ ਹੈ, ਵਧੀਆ ਇਨਸਾਨ ਹੈ ਮੇਰੇ ਵੀਰੋ। ਖੜ ਸਕਦੇ ਹੋ ਜੇ ਤੁਸੀਂ ਰੋਕ ਸਕਦੇ ਹੋ, ਹੁਣ ਸੋਚੋ ਮੈਂ ਕਿਉਂ ਆਖਿਆ ਵੀ ਜੇ ਤੁਸੀਂ ਖੜ ਸਕਦੇ ਹੋ, ਜੇ ਤੁਸੀਂ ਰੋਕ ਸਕਦੇ ਹੋ ਉਹਦਾ ਟਾਈਮ। ਹੁਣ ਸੋਚਿਓ ਇਹ ਮੈਂ ਕਾਹਤੋਂ ਆਖਿਆ ਹੈ, ਬਾਕੀ ਤੁਸੀਂ ਸਿਆਣੇ ਹੋ, ਰੇਤ ਪੈ ਗਈ ਕੋਲ ਨਹੀਂ ਹੁੰਦੇ। ਉਹ ਕਹਿੰਦੇ ਸੁੱਖਾ ਮੇਰੇ ਵੀਰੋ ਵਾਧਾ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ। ਪਰਲੇ ਪਾਸੇ ਸ਼ੇਰ ਪਈਆ ਖੜ ਗਿਆ ਤੇ ਉਹਦੇ ਪਾਸੇ ਗੁਰਜਾ ਦਾ ਤੇ ਨਾਲ ਇੱਕ ਉਸਤਾਦ ਮੇਰੇ ਵੀਰੋ ਤੇ ਮੁਕਾਬਲਾ ਤੁਹਾਡੇ ਸਾਹਮਣੇ। ਉਹ ਕੱਪੜਾ ਬੱਲੇ ਬੱਲੇ ਹੋ ਗਈ ਮਤਲਬ ਇੱਕ ਪਾਸੇ ਚੱਕਾਂ ਦੀ ਧਰਤੀ ਦਾ ਖੋਪਾ ਤੇ ਦੂਜੇ ਪਾਸੇ ਉਹ ਬੱਲੇ 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 ਉਹ ਪਾਤਾ ਵਾਲਾ ਕੱਪੜਿਆ ਗੋਕੇ ਨੇ ਵਾਲਾ ਇਹ ਸੰਦੀਪ ਸੀ। ਇੰਜ ਲੱਗਦਾ ਵੀ ਅੱਜ ਵੀ ਇੱਥੇ ਹੈ ਅੰਗਰੇਜ਼ ਬਾਈ ਤੇ ਗੁਰਜੀਤ ਬਾਈ। ਮੈਨੂੰ ਕਹਿੰਦਾ ਕਹਿੰਦਾ ਵੀ ਲੋਕੋ ਵਾਲਿਆ ਮੈਂ ਤੇ ਉਹ ਕਰ ਰਿਹਾ ਜੋ ਸੰਦੀਪ ਹੁਕਮ ਲਾ ਰਿਹਾ। ਸੰਦੀਪ ਨਹੀਂ ਮਰਿਆ, ਸੰਦੀਪ ਨੂੰ ਮਾਰਨਾ ਰਿਹਾ ਅੱਜ ਮੇਰੇ ਵੀਰੋ ਮਰ ਗਿਆ। ਨੰਗਲ ਪਿਆ ਦੀ ਯਾਦ ਚ ਮੇਲਾ ਇਕੱਠ ਕਮਾਈ ਕਰਨਾ ਦੁਨੀਆਂ ਤੱਕ ਝੰਡੇ ਝੂਲਦੇ ਰਹਿੰਦੇ ਆ ਨੰਗਲ ਵਾਲੇ ਦੇ ਰਹਿੰਦੀ ਦੁਨੀਆਂ ਤੱਕ ਝੰਡੇ ਝੂ ਤਿਆਰੀ ਝੋਟੇ ਆ ਜਾਓ ਆ ਜਾਓ ਆ ਜਾਓ ਆ ਜਾਓ ਅੱਛਾ ਕੁਲਫੀਆਂ ਠੀਕ ਆ। ਹਾਂਜੀ ਭਾਜੀ ਤੁਸੀਂ ਕੀ ਖਾਓਗੇ? ਹਾਂ ਸ਼ਹੀਦ ਕਰਕੇ ਪਰ ਨਹੀਂ ਇਹ ਜਿਹੜੇ ਕਬੱਡੀ ਨਾਲ ਜੁੜੇ ਆ ਸਾਰੇ ਜਾਗਰ ਹਿੰਦੁਸਤਾਨ ਚ ਪੰਜਾਬ ਚ ਮੇਜਰ ਲੀਗ ਕਬੱਡੀ ਫੈਡਰੇਸ਼ਨ ਅਸੀਂ ਉਹਦੇ ਨਾਮ ਨੂੰ ਥੱਲੇ ਨਹੀਂ ਹੋਣ ਦੇਣਾ। ਉਹਦਾ ਨਾਮ ਤਾਂ ਜੁਗ ਜਗਾਂਤਾਂ ਤੱਕ ਅਮਰ ਰਹੂ। ਮੈਂ ਪਲੇਅਰਾਂ ਨੂੰ ਖਿਡਾਰੀਆਂ ਨੂੰ ਤੇ ਪ੍ਰਬੰਧਕਾਂ ਨੂੰ ਇਹੀ ਕਹੂੰਗਾ ਬੜੇ ਧਿਆਨ ਨਾਲ ਖੇਡੋ। ਆਪਾਂ ਇੱਕ ਸ਼ਹੀਦ ਸੰਦੀਪ ਨਗਰ ਮੇਲੇ ਦਾ ਟੂਰਨਾਮੈਂਟ ਖੇਡ ਰਹੇ ਹਾਂ। ਸਾਡਾ ਨਾਲ ਨਾ ਗਿਆ ਜਿਹਦੇ ਸਰ ਤੇ ਅਸੀਂ ਤੁਰੇ ਫਿਰਦੇ ਸੀ
ਸਾਨੂੰ ਦੁੱਖ ਹੈ ਉਹਦਾ ਉਹਦੇ ਸਾਰੇ ਸਾਥੀ ਉਹਦੇ ਸਾਰੇ ਪਲੇਅਰ ਉਹਦੇ ਨਾਲ ਹੈ ਤੇ ਹਰ ਸਮੇਂ ਖੜੇ ਹੈ ਬੇਨਤੀ ਹੈ ਸਿਆਸਤਾਂ ਜਾਂ ਸਾਨੂੰ ਹੋਰ ਕੁਝ ਨਹੀਂ ਆਉਂਦਾ ਅਸੀਂ ਰਿਕੁਐਸਟ ਕਰਦੇ ਹਾਂ ਪ੍ਰਸ਼ਾਸਨ ਅੱਗੇ ਪੰਜਾਬ ਸਰਕਾਰ ਅੱਗੇ ਵੀ ਪਲੀਜ਼ ਇਨਸਾਫ਼ ਦਿਓ ਉਹ ਕਿੰਨਾ ਕੁ ਸੱਚਾ ਬੰਦਾ ਸੀ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਤਕਦੀਰ ਬਾਰੇ ਇਹ ਮੈਸੇਜ ਹੈ ਇਹ ਦੁਨੀਆ ਉਹਦੇ ਨਾਲ ਹੈ ਉਹਨੇ ਕਬੱਡੀ ਤੋਂ ਕੁਝ ਜੇ ਕਮਾਇਆ ਦੁੱਗਣਾ ਕਰਕੇ ਬੋਲਿਆ ਉਹ ठीक है जी।